ਕਿ ਸਭ ਇੱਕ ਪੂਰੇ ਸੁਣ ਤੇ ਕਰ ਦਿੰਦੇ ਪਾਤਸ਼ਾਹ ਦੇ ਪਾਵਨ ਹਾਜ਼ਰੀ ਭਰਦੇ ਹੋਏ ਸਮੂਹ ਮਾਏ ਭਾਈ ਜਿਨ੍ਹਾਂ ਤੇ ਸਤਿਗੁਰ ਪਾਤਸ਼ਾਹ ਦੀ ਰਹਿਮਤ ਤੇ ਬਖਸ਼ਿਸ਼ ਹੋਈ ਹੈ ਸਤ ਸੰਗਤ ਦੀ ਘੜੀ ਤੋਂ ਲਾਹਾ ਲੈਣ ਵਾਸਤੇ ਵੱਡ ਭਾਗੇ ਸਾਧ ਸੰਗ ਪ੍ਰਾਪਤ ਤਿਲ ਭੇਟਤ ਗੁਰਮਤ ਖੋਈ ਇਸ ਪਾਵਨ ਘੜੀ ਤੋਂ ਲਾਹਾ ਲੈਣ ਵਾਸਤੇ ਜਿੰਨੇ ਵੀ ਮਾਈ ਭਾਈ ਪੁੱਜੇ ਹਨ ਤਖਤਾਂ ਦੇ ਯੋਗ ਹੋ ਜਿਹਨਾਂ ਤੇ ਸਤਿਗੁਰ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ ਅਦਬ ਸਹਿਤ ਸਾਰੇ ਦੇ ਸਾਰੇ ਇੱਕ ਵਾਰ ਗੁਰੂ ਚਰਨਾਂ ਵਿਖੇ ਸੀ ਝੁਕਾਉਂਦਿਆਂ ਫਤਿਹ ਦੀ ਪ੍ਰਵਾਨਗੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਹਾਂ ਸਮੂਹ ਪ੍ਰਬੰਧਕ ਕਮੇਟੀ ਦਾ ਮੇਰੇ ਭਗਵਾਨ ਸਿੰਘ ਜੀ ਹੋਰਾਂ ਦਾ ਬਾਕੀ ਸਾਰੇ ਸਹਿਯੋਗੀ ਜ਼ਿਲ੍ਹਾ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਦੇ ਕਰਕੇ ਨਵਾਜਿਆ ਹੈ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ ਰਾਤੇ ਦੀਵਾਨ ਅੰਦਰ ਢਾਡੀ ਜਥੇ ਸਮੇਤ ਹਾਜ਼ਰੀ ਭਰੀ ਸੀ ਇਤਿਹਾਸਕ ਪੱਖ ਦੀਆਂ ਕੁੱਝ ਕੁ ਲਾਈਨਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ ਬਾਕੀ ਦਾ ਕੁੱਝ ਕੁ ਇਤਿਹਾਸਕ ਪੱਖ ਮੈਂ ਹੁਣ ਦੇ ਦੀਵਾਨ ਅੰਦਰ ਆਪ ਜੀ ਦੇ ਰੂਬਰੂ ਕਰਾਂਗਾ ਸਾਰੀਆਂ ਸਿੱਖ ਸੰਗਤਾਂ ਮਾਈ ਭਾਈ ਜਿਹਨਾਂ ਵੀ ਗੁਰੂ ਚਰਨਾਂ ਵਿਖੇ ਆਕਰ ਕੇ ਸੁਸ਼ੋਭਿਤ ਹੋਏ ਹੋ ਅਦਬ ਸਹਿਤ ਤਵਜੋ ਦੇ ਕਰਕੇ ਨਿਰਦਿਆਸਨ ਬਿਰਤੀ ਰਾਹੀ ਨਿਰੰਤਰ ਪ੍ਰੀਤੀ ਵਿੱਚ ਜੁੜ ਕਰਕੇ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਗੁਰੂ ਪਾਤਸ਼ਾਹ ਦੇ ਦਰ ਕਰਦੀ ਇਹ ਮਹਾਨ ਉਸਤਤੀ ਅਨਮੋਲ ਬਚਨ ਸਰਵਣ ਕਰਨ ਦੀ ਤਵਜੋ ਦੇਣੀ ਸਾਧ ਸੰਗਤ ਜੀ ਅੱਜ ਦਾ ਜੋ ਪਾਵਨ ਦਿਹਾੜਾ ਹੈ 22 ਦਸੰਬਰ ਦਾ ਬੜਾ ਹੀ ਅਨੋਖਾ ਦਿਹਾੜਾ ਹੈ ਹੈਰਾਨਗੀ ਦੀ ਗੱਲ ਹੈ ਇਤਿਹਾਸ ਪੱਖ ਨੇ ਮੋੜ ਕਿੱਥੇ ਲਿਆ ਆ ਕੇ ਇੱਕ ਪਾਸੇ ਪਿਤਾ ਦਾ ਅੱਜ ਆਗਮਨ ਦਿਨ ਹੈ ਦੂਜੇ ਪਾਸੇ ਵੱਡਿਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ 22 ਦਸੰਬਰ 1669 ਈਸਵੀ ਨੂੰ ਗੁਰਦੇਵ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ 22 ਦਸੰਬਰ ਸੀ ਉਸ ਦਿਨ